ਜੀ ਅੱਜ ਜਿਹੜੀ ਐਕਸਰਸਾਈਜ਼ ਕਰਾ ਰਹੇ ਹੋ ਹਰ ਸ਼ਨੀਵਾਰ ਤੇ ਵੀ ਬੱਚਿਆਂ ਨੂੰ ਫ੍ਰੀ ਦਿੰਦੇ ਹੈਗੇ? ਹਾਂਜੀ, ਦੇਖੋ ਜੀ ਇੱਦਾਂ ਆ ਕਿ ਮੇਰਾ ਸਿਰਫ ਇੱਕ ਹੀ ਸੰਦੇਸ਼ ਆ ਸਾਰਿਆਂ ਨੂੰ ਜਿਹੜੇ ਜ਼ਿਆਦਾ ਪੈਸੇ ਨਹੀਂ ਭਰ ਸਕਦੇ। ਕਈ ਵਾਰ ਬੱਚੇ ਇਹ ਹੁੰਦਾ ਕਿ ਜਿੱਦਾਂ ਮੈਂ ਪਹਿਲਾਂ ਤੁਹਾਨੂੰ ਸਮਝਾਇਆ ਬਹੁਤ ਪੈਸੇ ਇਨਵੈਸਟ ਕਰ ਲੈਂਦੇ ਸਿਹਤ ਖਰਾਬ ਕਰਨ 'ਚ, ਪਰ ਐਕਸਰਸਾਈਜ਼ ਤੋਂ ਪਿੱਛੇ ਭੱਜਦੇ ਆ। ਇਸ ਬਹਾਨੇ ਲੋਕ ਫ੍ਰੀ ਦੇ ਕੇ ਸੈਟਰਡੇ ਸੈਟਰਡੇ ਕਮ ਸੇ ਕਮ ਐਕਸਰਸਾਈਜ਼ ਤਾਂ ਕਰਨ ਆਉਣਗੇ। ਅਤੇ ਇਹਦੇ ਵਿੱਚ ਮਹੀਨੇ 'ਚ ਮੈਂ ਦੋ ਵਾਰ ਡਾਇਟਾਂ ਵੀ ਦਿੰਦਾ, ਹਫ਼ਤੇ ਦੀਆਂ ਮਤਲਬ ਤੁਹਾਨੂੰ 15-20 ਦਿਨ ਦੀ ਡਾਇਟ ਹੋ ਜਾਣੀ ਆ। ਜੇ ਉਹੀ ਤੁਸੀਂ ਮਹੀਨਾ ਵੀ ਚਲਾ ਲਉਂਗੇ ਤਾਂ ਵੀ ਤੁਹਾਡਾ ਰਿਜ਼ਲਟ ਆ ਜਾਣਾ ਵਿਦਆਊਟ ਐਨੀ ਕੋਸ। ਕਿੱਦਾਂ ਮੈਂ ਦੇਖਿਆ ਹੈਗਾ ਕਈ ਸ਼ੂਗਰ ਵਾਲੇ ਮਰੀਜ਼ ਠੀਕ ਵੀ ਹੋਏ ਆ, ਜਿਹੜੇ ਟੀਕੇ ਲਗਾਉਂਦੇ ਸੀ ਸ਼ੂਗਰ ਦੇ, ਅਤੇ ਅੱਜ ਉਹ ਬਿਲਕੁਲ ਉਹਨਾਂ ਦੀ ਸ਼ੂਗਰ ਠੀਕ ਹੋ ਗਈ। ਇਸ ਬਾਰੇ ਕੀ ਭਾਅ ਜੀ? ਉਹਦਾ ਕਾਰਨ ਆ, ਸਭ ਤੋਂ ਵੱਡਾ ਕਾਰਨ ਹੈਗਾ ਫੂਡ। ਜਿਹੜਾ ਗਲਤ ਫੂਡ ਤੁਸੀਂ ਇਨਟੇਕ ਕਰੋਗੇ ਉਹਦਾ ਗਲੂਕੋਜ਼ ਲੈਵਲ ਹਾਈ ਹੋਣਾ। ਜੇ ਤੁਸੀਂ ਸਹੀ ਫੂਡ ਇਨਟੇਕ ਕਰ ਲਓਗੇ, ਫਿਰ ਫਾਈਬਰ ਵਾਲੇ ਇਨਟੇਕ ਕਰੋਗੇ, ਤੁਸੀਂ ਨੋਰਮਲ ਤਲੀਆਂ ਤੁਲੀਆਂ ਚੀਜ਼ਾਂ ਤੋਂ ਦੂਰ ਭੱਜੋਗੇ, ਆਪਣੇ ਘਰ ਦਾ ਫੂਡ ਖਾਓਗੇ, ਸਟੀਮ ਸਟੂਮ ਕਰਕੇ ਫਰੂਟਸ ਖਾਓਗੇ ਨੋਰਮਲ ਕੁਆਂਟਿਟੀ 'ਚ, ਤੁਹਾਡਾ ਗਲੂਕੋਜ਼ ਲੈਵਲ ਕੰਟਰੋਲ ਰਹੇਗਾ। ਜੇ ਗਲੂਕੋਜ਼ ਲੈਵਲ ਕੰਟਰੋਲ ਰਹੇਗਾ, ਸ਼ੂਗਰ ਆਟੋਮੈਟਿਕਲੀ ਡਾਊਨ ਹੋਏਗੀ, ਤੁਹਾਡਾ ਵੇਟ ਵੀ ਘਟੇਗਾ। ਦੇਖੋ ਭਾਅ ਜੀ, ਜਿੱਦਾਂ ਅੱਜ ਕਰਾਇਆ, ਦੇਖੋ ਕਈ ਵਾਰ ਬੱਚੇ ਆ ਜਾਂਦੇ ਆ, ਕਈ ਵਾਰ ਬੱਚੇ ਆਫ ਕਰ ਦਿੰਦੇ ਆ। ਅੱਜ ਦੇਖੋ ਮੇਰੇ ਤੁਸੀਂ ਯੂਟਿਊਬ 'ਚ ਦੇਖੋਗੇ ਫਿਟਨੈਸ ਗੁਰੂ ਭੱਟੀ 'ਚ, ਉਹਦੇ ਵਿੱਚ ਮੇਰੇ ਆ ਦੂਜਾ ਸ਼ੂਗਰ ਦਾ, ਬੀ ਪੀ ਦਾ, ਉਸ ਤੋਂ ਬਾਅਦ 'ਚੋਂ ਥਾਇਰਾਇਡ ਦਾ। ਥਾਇਰਾਇਡ ਵਾਲਾ ਇੱਕ ਲੜਕਾ ਹੈਗਾ ਮਧੁਰ ਨਾਮ ਦਾ ਹੈਗਾ, ਉਹਦੇ ਵਿਦ ਰਿਪੋਰਟਸ ਮੇਰੇ ਚੈਨਲ 'ਤੇ ਆਈਆਂ ਹੈਗੀਆਂ। ਉਹ ਅਗਲੀ ਵਾਰ ਤੁਸੀਂ ਆਓਗੇ, ਅਗਲੀ ਵਾਰ ਤੁਹਾਨੂੰ ਉਹ ਵੀ ਮਿਲਾਊਂਗਾ। ਸਿਰਫ ਡਾਇਟ ਨਾਲ ਹਰ ਚੀਜ਼ ਦਾ ਇਲਾਜ ਆ, ਪਰ ਲੋਕ ਡਾਇਟ ਕਰਨਾ ਨਹੀਂ ਚਾਹੁੰਦੇ। ਲੋਕ ਦਵਾਈਆਂ ਲੈਣਾ ਚਾਹੁੰਦੇ ਆ, ਪਰ ਮਨਪਸੰਦ ਦਾ ਫੂਡ ਵੀ ਖਾਣਾ ਚਾਹੁੰਦੇ ਆ, ਇਹਦੇ ਕਰਕੇ ਫਿਰ ਦਵਾਈਆਂ ਕੰਮ ਖਰਾਬ ਕਰਦੇ। ਬਟ ਇਹ ਗੱਲ ਕਰੀਏ, ਯੂਥ ਅੱਜ ਦੀ ਡੇਟ ਦੇ ਵਿੱਚ ਨਸ਼ੇ ਵੱਲ ਜ਼ਿਆਦਾ ਜਾ ਰਿਹਾ, ਉਸ ਨੂੰ ਕੀ ਮੈਸੇਜ ਆ? ਦੇਖੋ ਜੀ, ਤੁਹਾਡੇ ਮਾਪਿਆਂ ਨੇ ਤੁਹਾਡੇ 'ਤੇ ਬਹੁਤ ਆਸਾਂ ਲਾਈਆਂ ਹੁੰਦੀਆਂ। ਜੇ ਤੁਸੀਂ ਆਪਣਾ ਥੋੜ੍ਹਾ ਜਿਹਾ ਟਾਈਮ ਅਤੇ ਥੋੜ੍ਹੀ ਜਿਹੀ ਮਿਹਨਤ ਆਪਣੇ ਸਰੀਰ ਉੱਤੇ ਇਨਵੈਸਟ ਕਰ ਦਿਓਗੇ, ਖਰਾਬ ਨਾ ਕਰਕੇ, ਠੀਕ ਆ, ਤਾਂ ਤੁਹਾਡੀ ਬਿਮਾਰੀਆਂ ਵੀ ਦੂਰ ਜਾਣਗੀਆਂ ਅਤੇ ਘਰਦਿਆਂ ਦਾ ਖਰਚਾ ਵੀ ਬਚੇਗਾ, ਮਾਪੇ ਤੰਗ ਹੋਣਾ ਬਚਣਗੇ, ਅਤੇ ਆਸ਼ੀਰਵਾਦ ਬਾਬੇ ਦਾ ਮਿਲੂਗਾ, ਖੁਸ਼ ਰਹੋਗੇ ਤੁਸੀਂ।